ਗੁਰਜੀਤ ਮੈਨੂੰ ਪਾਰਕ ਤਾਂ ਬਹੁਤ ਸੋਹਣਾ ਲੱਗਿਆ, ਤੁਹਾਨੂੰ ਕਿੱਦਾਂ ਲੱਗਿਆ? ਬਹੁਤ ਜ਼ਿਆਦਾ ਰੂਹ ਨੂੰ ਸਕੂਨ ਮਿਲ ਗਿਆ ਇਸ ਪਾਰਕ ਦੇ ਵਿੱਚ। ਹਾਂ, ਭਵਾਨੀਗੜ੍ਹ ਦਾ ਇਤਿਹਾਸ ਦੇ ਬਾਰੇ ਕੋਈ ਜਾਣਕਾਰੀ ਹੈ ਗੁਰਜੀਤ? ਹਾਂਜੀ, ਭਵਾਨੀਗੜ੍ਹ ਮਾਲਵਾ ਖੇਤਰ ਵਿੱਚ ਆਉਂਦਾ ਹੈਗਾ, ਮਾਲਵੇ ਦੇ ਵਿੱਚ। ਤੇ ਪਹਿਲਾਂ ਭਵਾਨੀਗੜ੍ਹ ਨੂੰ ਢੋਡੇ ਕਿਹਾ ਜਾਂਦਾ ਸੀ। ਢੋਡੇ? ਹਾਂ। ਅੱਛਾ, ਤੇ ਫਿਰ ਜਿਹੜਾ ਭਵਾਨੀਗੜ੍ਹ ਨਾਮ, ਢੋਡੇ ਦਾ ਮਤਲਬ ਕੀ ਹੋਇਆ ਪਤਾ ਨਹੀਂ, ਤੇ ਢੋਡੇ ਕਹਿ ਦਿੰਦੇ। ਜਦ ਭਵਾਨੀਗੜ੍ਹ ਦਾ ਜਿਹੜਾ ਇਹ ਨਾਮ ਹੈ, ਇਹ ਭਵਾਨੀ ਦੇਵੀ ਦੇ ਨਾਮ ਤੋਂ ਪਿਆ ਹੈਗਾ। ਭਵਾਨੀ ਦੇਵੀ? ਹਾਂ, ਇੱਥੇ ਭਵਾਨੀ ਦੇਵੀ ਮਾਤਾ। ਹਾਂ ਹਾਂ, ਅੱਛਾ ਠੀਕ ਹੈ। ਭਵਾਨੀ ਦੇਵੀ ਦਾ ਇੱਕ ਮੰਦਿਰ ਵੀ ਹੈ ਜਿਨ੍ਹਾਂ ਦੇ ਨਾਮ ਤੋਂ ਭਵਾਨੀਗੜ੍ਹ ਨਾਮ ਰੱਖਿਆ ਗਿਆ। ਨਹੀਂ, ਜਿਹੜੇ ਇਹ ਭਵਾਨੀ ਨੇ, ਭਵਾਨੀ ਦੇਵੀ ਜੀ, ਇਹ ਭਵਾਨੀਗੜ੍ਹ ਦੇ ਕੋਈ ਹੋਏ ਨੇ ਜਿਵੇਂ ਕਈ ਵਾਰ ਹੁੰਦੇ ਨੇ? ਦੇਵੀ ਤਾਂ ਦੇਖੋ ਇਹ ਭਵਾਨੀ ਮਾਤਾ ਹੈਗਾ ਜਿਹੜਾ ਕਿਹਾ ਜਾਂਦਾ ਵੀ ਬੜੇ ਦੂਰ ਦੂਰ ਤੱਕ ਮੰਦਿਰ ਨੇ ਨਾ ਇਹਨਾਂ ਦੇ। ਤੇ ਇੱਥੇ ਜਿਹੜਾ ਮੰਦਿਰ ਦੀ ਸਥਾਪਨਾ ਹੋਈ ਸੀਗੀ ਉਹ ਭਵਾਨੀ ਮਾਤਾ ਦੇ ਮੰਦਿਰ ਦੀ ਹੋਈ ਸੀ, ਤਾਂ ਕਰਕੇ ਫਿਰ ਇਸ ਨੂੰ ਭਵਾਨੀਗੜ੍ਹ ਹੋਇਆ ਗਿਆ। ਤੇ ਇਹ ਜਿਹੜਾ ਸੰਗਰੂਰ ਤੋਂ 15 ਕਿਲੋਮੀਟਰ ਦੂਰ ਹੈ, 15 ਤੋਂ 18 ਕਿਲੋਮੀਟਰ। ਹਾਂ, ਇੰਨਾ ਹੈਗਾ, ਇੰਨਾ ਕੁ ਹੈ। ਤੇ ਪਟਿਆਲੇ ਤੋਂ ਲਗਭਗ 39 ਕਿਲੋਮੀਟਰ ਦੂਰ ਹੈਗਾ ਤਕਰੀਬਨ। ਹਾਂ, ਤੇ ਜਿਹੜਾ ਇਹ ਸ਼ਹਿਰ ਹੈ ਭਵਾਨੀਗੜ੍ਹ, ਇਹ ਉੱਥੋਂ ਸੰਗਰੂਰ ਤੇ ਪਟਿਆਲੇ ਦਾ ਜਿਹੜਾ ਮੇਨ ਰੋਡ ਹੈ ਉਹਦੇ ਤੇ ਵਸਿਆ ਹੋਇਆ ਹੈਗਾ। ਇਹਨੂੰ ਆਪਾਂ ਕਸਬਾ ਕਹਿ ਸਕਦੇ ਹਾਂ? ਹਾਂ, ਕਸਬਾ, ਜਿਹਦੀ ਕਿ 241 ਜਿਹੜਾ ਮੀਟਰ ਹੈ ਇਹ ਸ਼ਹਿਰ ਦੀ ਉਚਾਈ ਹੈ। 241 ਮਤਲਬ ਜਿਹੜਾ ਸਮੁੰਦਰੀ ਤਲ ਹੁੰਦਾ ਉਹਤੋਂ 241 ਮੀਟਰ। ਹਾਂ, ਅੱਛਾ। ਤੇ 15 ਵਾਰਡ ਦੇ ਵਿੱਚ ਵੰਡਿਆ ਗਿਆ ਹੈਗਾ ਇਹ ਸ਼ਹਿਰ। 15 ਵਾਰਡ ਦੇ ਵਿੱਚ? ਠੀਕ ਹੈ। ਤੇ ਇਸ ਸ਼ਹਿਰ ਦੇ ਜਿਹੜਾ ਇਹ ਬਲਾਕ ਹੈ ਇਹਦੇ ਵਿੱਚ 66 ਪਿੰਡ ਹੁੰਦੇ ਨੇ। 66 ਪਿੰਡ? ਯੈਸ। ਅੱਛਾ, ਇਸ ਬਲਾਕ, ਇਸ ਬਲਾਕ ਦੇ ਵਿੱਚ? ਕਿਆ ਬਾਤ ਹੈ, 66 ਪਿੰਡ ਆ ਗਏ। ਹਾਂਜੀ, ਆਪਾਂ ਸਾਰੇ ਪਿੰਡਾਂ 'ਚ ਜਾਈਏ, ਸਾਰੇ ਪਿੰਡਾਂ ਦੀ ਕਵਰਿੰਗ ਕਰੀਏ, ਮੈਨੂੰ ਤਾਂ ਆਹੀ ਕੰਮ ਆਪਣਾ ਕਾਫੀ ਹੋ ਜਾਊਗਾ। ਬਹੁਤ ਜ਼ਿਆਦਾ ਚੱਲਾਂਗੇ ਨਾ, ਪਿੰਡਾਂ 'ਚ ਵੀ ਜਾ ਕੇ ਆਵਾਂਗੇ। ਹਾਂ ਹਾਂ, ਠੀਕ ਹੈ। ਤੇ ਉਂਬੇ ਦੇਖ ਇਤਿਹਾਸਕ ਸਥਾਨ ਵੀ ਬਹੁਤ ਨੇ ਇੱਥੇ, ਗੁਰਦੁਆਰਾ ਸਾਹਿਬ ਵੀ ਨੇ ਜਿਹੜੇ 9ਵੇਂ ਪਾਤਸ਼ਾਹ ਗੁਰੂ ਹਰ ਤੇਗ ਬਹਾਦਰ ਸਾਹਿਬ ਜੀ ਆਏ ਸੀ। ਅੱਛਾ, ਉਹ ਇੱਥੇ? ਹਾਂ। ਕੀ ਨਾਮ ਹੈ ਗੁਰਦੁਆਰਾ ਸਾਹਿਬ ਦਾ? 9ਵੇਂ ਪਾਤਸ਼ਾਹ ਜੀ। ਉਹਦਾ 9ਵੇਂ ਪਾਤਸ਼ਾਹ ਜੀ, ਠੀਕ ਹੈ। ਅੱਛਾ ਜੀ। ਤੇ ਉਹ ਜਾ ਰਹੇ ਸੀ ਅਸਾਮ ਵੱਲ ਨੂੰ, ਉੱਥੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਇੱਥੇ ਠਹਿਰੇ ਸੀ, 2 ਦਿਨ ਦਾ ਰਹਿਣ ਬਸੇਰਾ ਕੀਤਾ ਸੀ ਉਹਨਾਂ ਨੇ ਇੱਥੇ। ਠੀਕ ਹੈ। ਤੇ ਬਾਕੀ ਹੋਰ ਵੀ ਬਹੁਤ ਸਾਰੇ ਮੰਦਿਰ ਨੇ, ਜਾਂ ਮੈਨੂੰ ਲੱਗਦਾ ਸ਼ਾਇਦ ਮਸਜਿਦ ਵੀ ਹੋਊਗੀ। ਠੀਕ ਹੈ। ਤੇ ਜਿਹੜੇ ਇੱਥੇ ਜ਼ਿਆਦਾਤਰ ਸਿੱਖ ਲੋਕਾਂ ਨੇ, ਜਿਹੜਾ ਸਿੱਖ ਧਰਮ ਹੈ ਉਹ ਰਹਿੰਦਾ, ਸਿੱਖ ਆਬਾਦੀ ਜ਼ਿਆਦਾ। ਹਾਂ, ਤੇ ਉਸ ਤੋਂ ਬਾਅਦ ਹਿੰਦੂ ਧਰਮ ਹੈ, ਤੇ ਉਸ ਤੋਂ ਬਾਅਦ ਜਿਹੜੇ ਕਿ ਇਸਲਾਮ ਧਰਮ ਹੈ। ਤੇ ਇਹ ਇਤਿਹਾਸ ਹੈਗਾ, ਤੇ ਬਹੁਤ ਸਾਰੇ ਜਿਹੜੇ ਇਹਦੀ ਜਨਗਣਨਾ ਸੀਗੀ 2011 ਦੀ ਭਾਰਤ ਦੀ ਜਨਗਣਨਾ, ਉਹਦੇ ਅਨੁਸਾਰ ਇਹਦੀ ਜਨਗਣਨਾ ਦੀ ਸੰਖਿਆ ਸੀ 22,340 ਸੀ। ਇਹ ਜਨਗਣਨਾ ਦੇ ਵਿੱਚੋਂ 11,500 ਦੇ ਲਗਭਗ ਕੋਈ ਜਿਹੜੀ ਪੁਰਸ਼ਾਂ ਦੀ ਉਹ ਸੰਖਿਆ, ਠੀਕ ਹੈ, ਤੇ 10,540 ਦੇ ਕਰੀਬ ਜਿਹੜੀ ਔਰਤਾਂ ਦੀ ਜਨਸੰਖਿਆ ਹੈਗੀ। 10,540? ਅੱਛਾ, 10,000 ਦੇ ਕਰੀਬ ਤਾਂ ਮਤਲਬ ਔਰਤਾਂ ਨੇ, ਤੇ ਪੁਰਸ਼ ਕਿੰਨੇ ਦੱਸੇ ਤੁਸੀਂ? ਪੁਰਸ਼ ਨੇ 11,500 ਉਹ ਚੀਜ਼ ਆਪਾਂ ਨੂੰ ਇੱਥੋਂ ਘੱਟ ਦੇਖਣ ਨੂੰ ਮਿਲਦੀ ਹੈ, ਕਿਉਂਕਿ ਬਰਾਬਰ ਹੀ ਹੈ। ਹੁਣ ਤਾਂ ਵੈਸੇ ਕਾਫੀ ਜਿਹੜਾ ਇਹ ਚੀਜ਼ਾਂ ਨੇ ਘੱਟ ਗਈਆਂ, ਕਿਉਂਕਿ ਹਰ ਕੋਈ ਸਮਝਣ ਲੱਗ ਗਿਆ ਕਿ ਹੁਣ ਵੀ ਜਿਹੜੀਆਂ ਬੱਚੀਆਂ ਨੇ ਉਹ ਇੱਕ ਸਮਾਨ ਏ ਨੇ, ਮੁੰਡੇ ਵੀ ਉਨੇ ਨੇ ਸੇਮ ਨੇ, ਤੇ ਬੱਚੀਆਂ ਵੀ ਜਿਹੜੀਆਂ ਕਿ ਸੇਮ ਹੀ ਨੇ। ਤੇ ਕਿਉਂਕਿ ਦੇਖੋ ਹੁਣ ਅੱਜ ਕੱਲ ਧੀਆਂ ਵੀ ਬਰਾਬਰ ਚੱਲ ਰਹੀਆਂ ਨੇ, ਉਹ ਕਿਹੜੀ ਪਦਤੀ ਹੈ ਜਿੱਥੇ ਕੁੜੀ ਕੰਮ ਨਹੀਂ ਕਰਦੀ? ਮੈਨੂੰ ਲੱਗਦਾ ਕਿ ਮੁੰਡਿਆਂ ਤੋਂ ਅੱਗੇ ਨੇ ਬਹੁਤ ਕੰਮਾਂ ਦੇ ਵਿੱਚ, ਜਿਹੜੇ ਨੇ ਆਪਾਂ ਦੇਖ ਰਹੇ ਹਾਂ ਕਿ ਕੁੜੀਆਂ ਮਤਲਬ ਪੜ੍ਹਾਈ ਦੇ ਵਿੱਚ ਨੰਬਰ ਵੀ 1 ਜਦ ਵੀ ਆਉਂਦੀ ਕੁੜੀ ਹੀ ਆਉਂਦੀ ਹੈ, ਜ਼ਿਆਦਾਤਰ ਜੇ ਦੇਖਣ ਨੂੰ ਮਿਲਦਾ ਮੁੰਡੇ ਦਾ ਘੱਟ ਹੀ ਆਉਂਦੇ ਨੇ। ਸੋ ਇਹ ਤਾਂ ਹੈ। ਸੋ ਬਹੁਤ ਬਹੁਤ ਧੰਨਵਾਦ ਗੁਰਜੀਤ, ਆਪ ਜੀ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ। ਗੁਰਜੀਤ ਵੱਲੋਂ ਇਹ ਆਪ ਜੀ ਨੇ ਜਾਣਕਾਰੀ ਕਿੱਥੋਂ ਹਾਸਲ ਕੀਤੀ? ਇਹ ਜੀ ਵਿਕੀਪੀਡੀਆ ਤੋਂ ਕੀਤੀ ਸਾਰਾ। ਅੱਛਾ, ਵਿਕੀਪੀਡੀਆ ਤੋਂ? ਊਚ ਨੀਚ ਹੋ ਸਕਦੀ ਹੈ? ਹਾਂਜੀ ਹਾਂ, ਊਚ ਨੀਚ, ਅਸੀਂ ਸਟੂਡੈਂਟ ਹਾਂ। ਹਾਂ, ਜਿੰਨੀ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ, ਇਹ ਸਾਡੀ ਇੰਟਰਨੈਟ ਤੇ ਕੀਤੀ ਹੋਈ ਰਿਸਰਚ ਦੇ ਮੁਤਾਬਿਕ ਹੈ। ਹੁਣ ਤਾਂ ਇਹ ਹੋਣੀਆਂ ਸੁਭਾਵਿਕ ਹੈ, ਜੇ ਕੋਈ ਕਮੀ ਪੇਸ਼ੀ ਲੱਗੇ ਤੁਸੀਂ ਸਾਨੂੰ ਦੱਸਿਓ ਕਮੈਂਟ ਕਰਕੇ, ਅਸੀਂ ਆਪਣੀ ਗਲਤੀ ਦਾ ਸੁਧਾਰ ਕਰਾਂਗੇ। ਅੱਜ ਅਸੀਂ ਭਵਾਨੀਗੜ੍ਹ ਆਏ ਸੀਗੇ ਅਤੇ ਤੁਹਾਨੂੰ ਭਵਾਨੀਗੜ੍ਹ ਦੇ ਇਤਿਹਾਸ ਦੇ ਬਾਰੇ ਥੋੜ੍ਹਾ ਜਿਹਾ ਦੱਸਿਆ, ਭਵਾਨੀਗੜ੍ਹ ਸ਼ਹਿਰ ਦੇ ਬਾਰੇ ਥੋੜ੍ਹਾ ਦੱਸਿਆ, ਭਵਾਨੀਗੜ੍ਹ ਦੇ ਪਾਰਕ ਦੇ ਵਿੱਚ ਅਸੀਂ ਘੁੰਮੇ, ਤੁਹਾਨੂੰ ਦਿਖਾਇਆ। ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਆਪਣੇ ਸੁਝਾਅ ਆਪਣੇ ਵਿਚਾਰ ਜ਼ਰੂਰ ਦਿਓ। ਜੇ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਆਈਏ, ਤਾਂ ਤੁਸੀਂ ਸਾਡੇ ਨਾਲ ਰਾਬਤਾ ਜ਼ਰੂਰ ਕਰਿਓ, ਆਪਣੇ ਪਿੰਡ ਦੀ ਜਾਣਕਾਰੀ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ, ਅਤੇ ਅਸੀਂ ਬਹੁਤ ਜਲਦ ਤੁਹਾਡੇ ਪਿੰਡ ਵੀ ਪਹੁੰਚਾਂਗੇ। ਜਿਸ ਵੀ ਪਿੰਡ ਦੇ ਵੀਰ ਭੈਣ ਪੰਜਾਬ ਦੇ ਵਿੱਚ ਇਹ ਵੀਡੀਓ ਦੇਖ ਰਹੇ ਨੇ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ। ਬਾਏ ਬਾਏ।